अज तुहानू एक इहो जिहा इंटीरियर और तीन बैडरूम किचन और एक लॉबी का डिजाइन दिखाउण जा रहे हैं जिहड़ा जिंदगी च शायद नहीं तुसीं कितें देखिया होणा। बहुत वैसे तुसीं मोस्टली देखदे कि एल ई डी पैनल सारे सेम होंदे, बट इहदे च इक अलग चीज़ आपां कीती, उह कीती आ जी इहदे च फायरप्लेस लगा। ਇਹ ਇੱਕ ਜਿਹੜਾ ਫਾਇਰ ਪਲੇਸ ਆ ਇਹਦੀ ਕੀਮਤ ਇਸ ਵਕਤ 43,000 ਰੁਪਇਆ ਵਾ, ਔਰ ਪਲੱਸ ਇਹ ਇਕੱਲਾ ਦੇਖਣ ਨੂੰ ਹੀ ਜਿੱਦਾਂ ਅੱਗ ਬਲਦੀ ਹੈ ਅੱਗ ਨਹੀਂ ਬਲਦੀ, ਔਰ ਪਲੱਸ ਹੀਟ ਵਾਲਾ ਵੀ ਆ ਇਹਦੇ 'ਚ। ਨਹੀਂ ਤਾਂ ਕੀ ਆ ਕਿ ਅਸੀਂ ਕਿਚਨ ਔਰ ਵਾਰਡਰੋਬ ਵੀ ਕਰਦੇ ਹਾਂ, ਬਟ ਆਉਣ ਵਾਲੇ ਸਮੇਂ 'ਚ ਸਾਰੇ ਇੱਦਾਂ ਦੇ ਪ੍ਰੋਜੈਕਟ ਬਹੁਤ ਜਲਦੀ ਸਟਾਰਟ ਕਰਾਂਗੇ ਔਰ ਤੁਹਾਨੂੰ ਦੱਸ ਦਾਂਗੇ ਕਿੱਦਾਂ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ ਕੀ ਹਾਲ ਚਾਲ। ਅੱਜ ਤੁਹਾਡੇ ਲਈ ਇੱਕ ਐਡੀ ਸੋਹਣੀ ਵੀਡੀਓ ਲੈ ਕੇ ਆਇਆ, ਜਿਨ੍ਹਾਂ ਨੂੰ ਘਰ ਬਣਾਉਣ ਦਾ ਸ਼ੌਂਕ ਹੈ ਜਾਂ ਤੁਸੀਂ ਨਵਾਂ ਘਰ ਬਣਾਉਣਾ ਚਾਹੁੰਦੇ ਜਾਂ ਘਰ ਦਾ ਇੰਟੀਰੀਅਰ ਕਰਾਉਣੇ ਚਾਹੁੰਦੇ ਹੋ, ਤੇ ਇਹ ਵੀਡੀਓ ਤੁਹਾਡੇ ਲਈ ਆ। ਅੱਜ ਤੁਹਾਨੂੰ ਇੱਕ ਇਹੋ ਜਿਹਾ ਇੰਟੀਰੀਅਰ ਔਰ ਤਿੰਨ ਬੈਡਰੂਮ ਕਿਚਨ ਔਰ ਇੱਕ ਲੌਬੀ ਦਾ ਡਿਜ਼ਾਈਨ ਦਿਖਾਉਣ ਜਾ ਰਿਹਾ ਜਿਹੜਾ ਜ਼ਿੰਦਗੀ 'ਚ ਸ਼ਾਇਦ ਨਹੀਂ ਤੁਸੀਂ ਕਿਤੇ ਦੇਖਿਆ ਹੋਣਾ। ਬਹੁਤ ਲੇਟੈਸਟ ਔਰ ਲੇਟੈਸਟ ਟੈਕਨੋਲੋਜੀ ਜੋ ਅੱਜ ਕੱਲ੍ਹ ਲੇਟੈਸਟ ਚੱਲ ਰਿਹਾ ਉਹ ਆਪਾਂ ਡਿਜ਼ਾਈਨ ਕੀਤਾ ਵਾ ਤਿਆਰ, ਅਤੇ ਲੋਕੇਸ਼ਨ ਹੈਗੇ ਨੀਅਰ ਬਟਾਲਾ। ਡਰੈਸ ਪ੍ਰੋਪਰ ਨਹੀਂ ਦੇਵਾਂਗੇ ਕਿਉਂਕਿ ਮੈਨੂੰ ਪਤਾ ਮੁੜ ਕੇ ਤੁਸੀਂ ਬਿਨਾਂ ਦੱਸੇ ਵਿਜਿਟ ਕਰ ਜਾਂਦੇ, ਇਸ ਕਰਕੇ ਕੰਟੈਕਟ ਨਹੀਂ ਦੇਵਾਂਗੇ ਔਰ ਡਰੈਸ ਨਹੀਂ ਦੇਵਾਂਗੇ, ਬਟ ਤੁਹਾਨੂੰ ਡਿਜ਼ਾਈਨ ਦਿਖਾਵਾਂਗੇ। ਅਤੇ ਜ਼ਰੂਰ ਜੇ ਕੋਈ ਕਸਟਮਰ ਵਿਜ਼ਿਟ ਵੀ ਕਰਨਾ ਚਾਹੁੰਦਾ ਉਹ ਫਿਰ ਫੋਨ ਕਰਕੇ ਉਹ ਕਨਫਰਮ ਕਰ ਲਏ, ਫਿਰ ਆਪਾਂ ਵਿਜ਼ਿਟ ਕਰਵਾ ਦਾਂਗੇ। ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਲੌਬੀ ਏਰੀਆ ਦੀ, ਆਪਾਂ ਇਸ ਵਕਤ ਖੜ੍ਹੇ ਲੌਬੀ ਏਰੀਆ 'ਚ, ਅਤੇ ਜ਼ਿਆਦੀਆਂ ਗੱਲਾਂ ਨਹੀਂ ਕਰਦੇ ਆਪਾਂ, ਸਟਾਰਟ ਡਿਜ਼ਾਈਨ ਤੋਂ ਹੀ ਕਰਦੇ ਕਿਉਂਕਿ ਜਿਹੜਾ ਚੀਜ਼ ਤੁਸੀਂ ਦੇਖਣਾ ਹੈ ਉਹੀ ਸਿੱਧੀ ਦਿਖਾਵਾਂਗੇ, ਅਤੇ ਨਾਲ ਦੀ ਨਾਲ ਆਪਾਂ ਇਨਫੋਰਮੇਸ਼ਨ ਦੇ ਚੱਲਾਂਗੇ ਅਤੇ ਕੀ ਆ। ਠੀਕ ਹੈ, ਸਭ ਤੋਂ ਪਹਿਲਾਂ ਐਂਟਰੈਂਸ ਦੇਖਦੇ, ਇਹ ਜਿਹੜਾ ਜਿਹੜਾ ਤੁਸੀਂ ਏਰੀਆ ਦਿਖਾ ਰਹੇ ਇਹ ਗਰਾਊਂਡ ਫਲੋਰ ਨਹੀਂ ਫਸਟ ਫਲੋਰ ਆ, ਅਤੇ ਸਭ ਤੋਂ ਪਹਿਲਾਂ ਐਂਟਰੀ ਆ ਪੌੜੀਆਂ ਤੋਂ, ਇਹ ਆ ਜੀ ਇਹਨਾਂ ਦਾ ਪੌੜੀਆਂ ਏਰੀਆ। ਇੱਥੋਂ ਆਪਾਂ ਚੜ੍ਹ ਕੇ ਜਦੋਂ ਉੱਪਰ ਆਉਂਦੇ ਹਾਂ ਤਾਂ ਸਾਹਮਣੇ ਹੀ ਜਿਹੜਾ ਇੱਕ ਆਪਾਂ ਐੱਲ ਈ ਡੀ ਪੈਨਲ ਦਿੱਤਾ ਵਾ, ਔਰ ਇਹ ਐੱਲ ਈ ਡੀ ਪੈਨਲ ਇੱਕ ਤੁਸੀਂ ਦੇਖੋਗੇ ਬਹੁਤ ਹੀ ਵੱਖਰੇ ਢੰਗ ਦੇ ਨਾਲ ਬਣਾਇਆ। ਇਹਦੇ 'ਚ ਸਹਿਜ ਦਾ 8 ਫੁੱਟ ਦੇ ਨੇੜੇ ਸੀਗਾ ਹੈ ਨਾ, ਅਤੇ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਲੋਕੇਸ਼ਨ ਦੇਖ ਲਓ ਹੈ ਨਾ। ਸਟਾਰਟਿੰਗ ਦੇ ਵਿੱਚ ਆਪਾਂ ਗੱਲ ਕੀਤੀ ਸੀਗੀ ਡੋਰ ਦੀ, ਹੈ ਨਾ। ਡੋਰ ਦੇ ਵਿੱਚ ਜਦੋਂ ਵੀ ਆਪਾਂ ਇੱਕ ਦੇਖੋ ਇਹਦਾ ਜਿਹੜਾ ਡਿਜ਼ਾਇਨ ਆ ਇਹ ਵੀ 3D ਆ, ਬਟ ਇਹ ਹੈਂਡਮੇਡ ਵੀ ਤਾਂ CNC ਨਹੀਂ ਕਰਾਇਆ ਆਪਾਂ, ਔਰ ਇਨਸਾਈਡ ਪਾਰਟ ਇਹਦਾ ਜਿਹੜਾ ਇਹ ਵਾਈਟ ਆ ਇਹ ਆਪਾਂ HD ਚਮਾਰੀ ਲਾਇਆ, ਔਰ ਜਿਹੜੇ ਇਹ ਜਿਹੜਾ ਜਿੰਨੀ ਇਹ ਲੱਕੜ ਵੁੱਡ ਸਾਰੀ ਸਾਗਵਾਨ ਯੂਜ਼ ਕੀਤੀ ਗਈ ਆ, ਔਰ ਇੱਕ ਕਸਟਮਰ ਦੀ ਚੋਇਸ ਹੈਗੀ ਸੀ ਕਿ ਹੈਂਡਲ ਲੋਕ ਨਹੀਂ ਲਗਾਉਣੇ ਇਹਨਾਂ ਦੇ, ਦੂਸਰੇ ਲੋਕ ਲੱਗੇ ਹੋਏ ਜਿਹੜਾ ਮੇਨ ਐਂਟਰੀ ਲੱਗਦੇ ਆ, ਔਰ ਪਲੱਸ ਆਪਾਂ ਇਹ ਨਾਲ ਹੈਂਡਲ ਦਿੱਤੇ ਆ ਬੈਡਰੂਮ ਦਾ, ਬਟ ਇਹ ਗੋਲਡਨ ਕਲਰ ਦੇ ਯੂਨੀਕ ਜੇ ਇੱਕ ਹੈਂਡਲ ਆਏ ਤਾਂ ਦੇਖਣ ਨੂੰ ਵੀ ਲੁੱਕ ਕਾਫੀ ਵਧੀਆ ਲੱਗਦੀ। ਇੱਕ ਚੀਜ਼ ਹੋਰ ਆ, ਇਹ ਕੁਛ ਇਹ ਚਗਾਟ ਦਾ ਵਿਚਲਾ ਪਾਰਟ ਸੀ ਨੂੰ ਆਪਾਂ ਡੇਕੋ ਦੇ ਨਾਲ ਹਾਈਲਾਈਟ ਕਰਤਾ, ਔਰ ਜਿਹੜਾ ਜਿੰਨਾ ਵੀ ਇਹ ਉੱਪਰਲਾ ਪਾਰਟ ਜਦੋਂ ਤੁਸੀਂ ਦੇਖੋਗੇ ਇਹ ਸਾਰਾ ਜੇ ਲੌਬੀ ਦਾ ਜਿੰਨਾ ਵੀ ਇਹ ਏਰੀਆ ਹੈਗਾ ਵਾ ਇਹ ਸਾਰਾ ਏਰੀਆ ਦੇ ਵਿੱਚ ਆਪਾਂ ਦੇਖੋ ਘੁਮਾ ਕੇ ਜਦੋਂ ਤੁਸੀਂ ਵੇਖਦੇ ਹਾਂ ਤਾਂ ਜਿੰਨਾ ਵੀ ਏਰੀਆ ਇਹਦੇ 'ਚ ਸਾਰਾ 'ਚ ਆਪਾਂ ਲੂਵਰ ਲੱਗੇ ਹੋਏ ਆ, ਕਿਉਂਕਿ ਅੱਜ ਕੱਲ੍ਹ ਜਿਹੜਾ ਲੂਵਰ ਹੈ ਨਾ ਲੂਵਰ ਦਾ ਕਾਫੀ ਜ਼ਿਆਦਾ ਟ੍ਰੈਂਡ ਹੈਗਾ ਹੈ ਨਾ, ਅਤੇ ਕਸਟਮਰ ਅੱਜ ਤੁਸੀਂ ਦੇਖੋਗੇ ਇਹਨਾਂ ਦੇ ਸਾਰੇ ਬੈਡਰੂਮ 'ਚ ਵੀ ਲੂਵਰ ਕਾਫੀ ਅਲੱਗ ਅਲੱਗ ਡਿਜ਼ਾਈਨ ਦੇ ਆਪਾਂ ਯੂਜ਼ ਕੀਤੇ ਆ, ਔਰ ਅੱਗੇ ਅੱਗੇ ਚੱਲਦੇ ਨਾਲ ਦੀ ਨਾਲ ਦਿਖਾਉਣ। ਡੋਰ ਦੋਨੋਂ ਸੇਮ ਹੋ ਗਏ, ਇਹਦੇ ਵਿੱਚ ਇਹ ਸਾਗਵਾਨ ਦੀ ਲੱਕੜ ਹੋ ਗਈ ਔਰ ਪਲੱਸ HDHMR ਔਰ ਡੀਕੋ ਹੋ ਗਿਆ। ਡੀਕੋ ਦੀ ਫਿਨਿਸ਼ਿੰਗ ਵੀ ਕਾਫੀ ਘੈਂਟ ਆ, ਬਹੁਤ ਵਧੀਆ ਫਿਨਿਸ਼ਿੰਗ ਹੋਈ ਹੈ। ਜੇ ਤੁਸੀਂ ਮੈਂ ਪੋਲਿਸ਼ ਦਾ ਕੰਮ ਵੀ ਕਰਾਉਣਾ ਚਾਹੁੰਦੇ ਆ ਤਾਂ ਮੈਂ ਤੁਹਾਨੂੰ ਨੰਬਰ ਦੇ ਦੂੰਗਾ ਔਰ ਕਾਰੀਗਰ ਦਾ, ਔਰ ਚੰਗੇ ਵਾਜਬ ਰੇਟ 'ਤੇ ਤੁਸੀਂ ਉਹ ਵੀ ਕਰਵਾ ਸਕਦੇ ਆ। ਵੈਸੇ ਅਸੀਂ ਮੋਸਟਲੀ ਸਾਰਾ ਇੰਟੀਰੀਅਰ ਕਰਦੇ ਨਹੀਂ, ਮੈਨੂੰ ਲੱਗਦਾ ਅਸੀਂ 3 ਕੁ ਸਾਲ ਪਿੱਛੋਂ ਡੋਰ ਤਿਆਰ ਕੀਤੇ ਸੀਗੇ ਕਾਫੀ ਟਾਈਮ ਤੋਂ, ਨਹੀਂ ਤਾਂ ਮੋਸਟਲੀ ਅੱਜ ਕੱਲ੍ਹ ਅਸੀਂ ਜ਼ਿਆਦਾ ਕਿਚਨ ਦਾ ਕੰਮ ਕਰਦੇ ਜਾਂ ਵਾਰਡਰੋਬ ਦਾ ਕਰਦੇ, ਪਰ ਇਹ ਕਸਟਮਰ ਦੀ ਚੋਇਸ ਸੀ ਕਿ ਸਾਰਾ ਕੰਮ ਸਾਡੇ ਤੋਂ ਕਰਵਾਉਣਾ ਔਰ ਅਸੀਂ ਕਰਕੇ ਦਿੱਤਾ। ਨਹੀਂ ਤਾਂ ਕੀ ਆ ਕਿ ਅਸੀਂ ਕਿਚਨ ਔਰ ਵਾਰਡਰੋਬ ਵੀ ਕਰਦੇ ਹਾਂ, ਬਟ ਆਉਣ ਵਾਲੇ ਸਮੇਂ 'ਚ ਸਾਰੇ ਇੱਦਾਂ ਦੇ ਪ੍ਰੋਜੈਕਟ ਬਹੁਤ ਜਲਦੀ ਸਟਾਰਟ ਕਰਾਂਗੇ ਔਰ ਤੁਹਾਨੂੰ ਦੱਸ ਦਾਂਗੇ ਕਿੱਦਾਂ। ਪਰ ਇਹ ਪ੍ਰੋਜੈਕਟ ਬਹੁਤ ਵਧੀਆ ਬਣਿਆ ਔਰ ਸ਼ੇਅਰ ਕਰ ਦਿਓ ਜੇ ਵੀਡੀਓ ਚੰਗੀ ਲੱਗੀ, ਕਿਉਂਕਿ ਕਿਸੇ ਹੋਰ ਵੀ ਦੇਖੂਗਾ ਔਰ ਵਧੀਆ ਲੱਗੂਗਾ, ਸ਼ੇਅਰ ਜ਼ਰੂਰ ਕਰਦੇ ਕਰੋ। ਨੈਕਸਟ ਸਟੈਪ ਆਪਾਂ ਅੱਗੇ ਵੀ ਗੱਲ ਕੀਤੀ ਹੈ 3D ਡਿਜ਼ਾਈਨ, ਇਹ ਅੱਜ ਕੱਲ੍ਹ ਕਾਫੀ ਵਧੀਆ ਜੇ ਸਾਰਾ ਤੁਸੀਂ ਡਿਜ਼ਾਈਨ ਦੇਖਦੇ ਹੋ ਪਿੱਛੇ ਹੋ ਗਏ ਤਾਂ ਕਾਫੀ ਵਧੀਆ ਲੱਗਦਾ ਵਾ, ਔਰ ਇਹਨੂੰ ਇੱਕ ਸਾਰੀ ਜਦੋਂ ਲੌਬੀ ਨੂੰ ਦੇਖੋਗੇ ਤਾਂ ਕਾਫੀ ਅਟਰੈਕਟਿਵ ਲੱਗੂਗੀ ਲੌਬੀ ਤੁਹਾਡੀ, ਹੈ ਨਾ। ਕੁਛ ਇਹ ਸਾਰੇ ਏਰੀਏ 'ਚ ਇੱਦਾਂ ਦੀਆਂ ਚੀਜ਼ਾਂ ਨਹੀਂ ਆਪਾਂ ਐਡ ਕਰਨੀਆਂ, ਜਦੋਂ ਵੀ ਤੁਸੀਂ ਇੱਦਾਂ ਦਾ ਕੋਈ ਡਿਜ਼ਾਈਨ ਕਰਦਾ ਕੁਛ ਏਰੀਏ ਨੂੰ ਹਾਈਲਾਈਟ ਕਰੋ ਤਾਂ ਜ਼ਿਆਦਾ ਵਧੀਆ ਲੱਗੂਗਾ। ਜਿਵੇਂ ਤੁਸੀਂ ਦੇਖੋਗੇ ਅਸੀਂ ਇਸ ਵਾਲ ਨੂੰ ਔਰ ਪਲੱਸ ਜਦੋਂ ਤੁਸੀਂ ਪੂਰੀ ਵਾਲ ਦੇਖਦੇ ਆ ਤਾਂ ਇੱਕ ਅਲੱਗ ਦੁੱਖ ਦਿਖਦੀ ਹੈ, ਜਦੋਂ ਇਹ ਵਾਲ ਦੇ ਵਿੱਚ ਕੁਝ ਵਾਈਟ ਪਾਰਟ ਇਹਦੇ 'ਚ ਹੈਗਾ, ਕੁਛ ਇਹਦੇ 'ਚ ਕੁਛ ਨਾਲ ਪੋਲਿਸ਼ ਦਾ ਕੰਮ, ਔਰ ਇੱਕ ਇਹ ਪੂਰਾ ਏਰੀਆ ਜਿਵੇਂ 8x8 ਦਾ ਏਰੀਆ ਨੂੰ ਕਹਿ ਲਈਏ ਆਪਾਂ ਪੂਰਾ ਹਾਈਲਾਈਟ ਕਰਕੇ ਆਪਾਂ 3D ਜਾਂ CNC ਕਟਿੰਗ ਵਾਲਾ ਡਿਜ਼ਾਈਨ ਕਰਾਇਆ। ਇਹ ਵੀ ਇਹ ਜਿਹੜਾ ਮਟੀਰੀਅਲ ਆ HDHMR ਔਰ ਪਲੱਸ ਇਹਦੇ 'ਤੇ ਡੀਕੋ ਜਾਂ PU ਕਰਵਾਇਆ, ਜਿਹਨੂੰ ਆਪਾਂ ਪੇਂਟ ਡੀਕੋ ਪੇਂਟ ਕਹਿੰਦੇ ਉਹ ਕਰਵਾਇਆ ਹੋਇਆ।
उस तो अगे इन्हां दे इक किचन पार्ट आ। पहलों आपां तुहानूं सारा दिखा लईए कि लॉबी दे रहे ओपन किचन आ, लॉबी दे विच इहदे बारे बाद च गल करांगे। उस तो पहलों आपां लॉबी दा अगला पार्ट चलदे आ। नैक्सट स्टैप ते आ जांदा जी इक डोर और ये अपना 3D, ये एक अलग डिजाइन है। देखो ये भी 3D डिजाइन किया हुआ वा। और एक एक चीज़ होंगी ना, मोस्टली जो CNC होंगी, ये जो बोर्ड आप यूज़ किया HD57, बट ये 32 mm का बोर्ड आ, ना कि 0.25 इंची आ। जे तुसीं इहनूं 0.25 इंची जिहनूं मतलब 18 mm बनाओगे तो इन्ना उभरिया हुआ डिजाइन नहीं तुहानूं लगेगा 3D। बट ये डिजाइन बनाने लई असीं जिहड़ा बोर्ड 32 mm यूज़ किया और काफ़ी वधिया, मतलब चंगे ब्रांड का, जिहनूं मतलब क्रॉस बॉन्ड का आप बोर्ड लाया और चंगा CNC करवा के इहनूं आप डिजाइन करता। यह भी सारे एरिए नूं नहीं किया, जिवें मतलब हुण इहदे भी देख लो उपरली साइड सारे लूवर लगे हुए। ये एक कॉर्नर बचता सी, इस जगह नूं आपां हाईलाइट करना। और एक इत्थे आने वाले समय एक बाउल या पाउट टैप हुंदा जिहड़ा तुसीं सजावट लई ना गुलदस्ता कह सकते हो, इत्थे रख्या जाऊगा और काफ़ी वधिया लगेगा है ना। उस तो अगे आ जाती विंडो सेम है जी सागवान की लगी, उपर आप एक पैलमेंट वाला बनाया है ना। मेन गल करते हूँ आप जो लॉबी एरिए एक वधिया लुक देने लिए आप एक LED पैनल तैयार किया 8 फुट बाय 7.5 फुट का। वैसे तुम मोस्टली देखते हैं कि LED पैनल सारे सेम होंगे, बट ये एक अलग चीज़ आप की है जी, ये फायरप्लेस लगा। ये एक जो फायरप्लेस है, इसकी कीमत इस वक्त 43,000 रुपया वा। और प्लस ये कला देखने ही जिदा अग बलती अग नहीं बलती और प्लस हीट वाला भी है, ये हीट भी आँदी है। तुम सियाल दे विच एक हीटर का काम भी लगता, तो एक जो तुम वेखो ना हूँ थोड़ी जी यदि लाइट ज़्यादा जगती पई आ, जो सारी लाइट्स आप बंद करा तो यू हाईलाइट करेंगे तो बहुत सोहना लगता वा, क्योंकि यदि लाइट वो जी रोशनी है पूरी अग बलती दिसूगी, जिमें मतलब रियल फेयर प्लेस का तुम आनंद लै सकते हैं। तो और हीट भी हैगी है ना। बाकी ये मटीरियल की गल की जाए, ये आप दो जो पल्ले दते है ना, और काफ़ी वधिया ले जी ये पुश ओपन है पल्ले, ये कोई हैंडल नहीं यूज़ किया गया, पुश ओपन आप जो पल्ले रखे। और जिद हैंडल आते लुक थोड़ी चेंज हो सकती है, इस करके आप पुश ओपन कर लिया। और ये एक साइड से आप ग्रे कलर के लूवर यूज़ किए आ, और प्लस ये जी एक जी हैगी अपनी मार्बल एक्रैलिक, ये भी जो यूज़ किया गया मटीरियल, ये मैका नहीं गा ना ही ये मैका, ये एक्रैलिक शीट आ, ना कि आम मोस्टली तुम वेखोगे किचन आप LED जानू अगे दिखावे वो मैका यूज़ किया। बट जी लॉबी एरिए जोड़ा पल्ले आ ये भी एक्रैलिक आ, प्लस ये भी एक्रैलिक आ, और ये साइड पर भी मार्बल एक्रैलिक आ। और जी लूवर ये ग्रे कलर दे आ, लूवर लाने लगे हमेशा एक चीज़ का ध्यान रखो, जो लूवर बाय कर रहे हैं कभी भी WPC के लूवर बाय ना करो, हमेशा चारकोल आ रहे हो वधिया मटीरियल दे करो, तो लॉन्ग लाइफ चलेंगे। तुम लॉबी यदा देख लो डिजाइन काफ़ी वधिया लगता, फायरप्लेस वाला मैनू तो बहुत वधिया लगा, तुहानू किदां दा लगा कमेंट करके जरूर दस्यो। उस तो अगे चलते आप फिर जिम्मे पहला कॉर्नर देखे वो दे भी सेम से, और कुछ एरिया हाईलाइट करने वास्ते आप सेम कंसैप्ट फेयर करता है ना। विंडो जिमें जो पिछों पूरा एक जो आप घुमा के तुम दिखाइए तो परली साइड तो जो तीस पूरा व्यू देखते हैं स्टार्टिंग देखोगे वो फेयर, और इधर LED पैनल और इधरला कॉर्नर सेम कहना, मतलब इनू एक पूरे चंगे तरीके डिजाइन किया गया कि नहीं है कि जी चीज़ जिथे लाती वो लाती। उस तो मगरों चगाठा वा, चगाठा भी आप डीको वगैरह करवाया वा वाइट के, और प्लस डोर सेम डिजाइन हैगा वा जो देख रहे हो ना। ये भी एक बैडरूम आ, बैडरूम का डोर भी सेम बनया हुआ वा। उस तो अगे अगे भी जिवें आप ग्लास की गल की, एक बड़ा सारा ग्लास लगा भी तुम तैयार तैयार हो के जो रूम चो निकलोगे इस जगह पर सिटिंग लगेगी सोफे लगने और बैठ के तो खा पी सकते हो और अपनी फोटो वगैरह देख सकते हैं और किदा के अज तैयार हुए हैं ना। यह आ गया जी अपना लॉबी का एरिया, हूँ आप अगे तुम दिखाने जी किचन लॉबी एरिए किचन, और उस तो पहले एक बार सारा चंगी तरह व्यू तुम चैक कर लो है ना।